सब तो पहले वाहेगुरू जी का खालसा वाहेगुरू जी की फतेह जी। सानू पिछले दिनों तो वाहवा दिनों तो सानू पती है बाई जी, तख्त श्री दमदमा साहब तो आप चले सीगे गुरु की थापना लैके, तो जिथे बाणा दे विच बरेती चढ़ी सी वह बत्र किते आपां टोए भरे आ जां बन्न बन्ने आ। तो बाई जी अज उहदा हिसाब किताब दसदे आ, जिहड़ा पहला फूस मंडी सानू पैसे कट्टे इकट्ठे होए सी उहदा ही हिसाब किताब लाइव होकर उत्थे दसता सी अपने सरदूलगढ़। तो उदू बाद असी मसाब वाले पिंड गए हैं, जिहदा हिसाब किताब अज साडे कोल प्रॉपर लिखा होया, क्योंकि साडे कोल उत्थे भी कुछ पैसे बचे सीगे फूस मंडी तो, ते नाल अपना भरा गग्गी ते बाई वरिंदर आ, ते सानू असी सारा हिसाब किताब असी सानू एक एक चीज़ का हिसाब किताब दसांगे। सब तो पहला असी ये दसांगे भी किन्ने रुपये सानू उत्थे पिछे बचे ने जिहड़े आपां नूं फूस मंडी बचे सी, ते किन्ने रुपये साडे कोल इत्थे मसाब वाले पिंड हरियाणे दे पिंड इकट्ठे होए ने, ते दसो भाई हिसाब किताब जिहड़ा सब तो पहला हिसाब किताब है किन्ने रुपये आपां नूं उत्थे बचे सी। पहला उत्थे भाई आपां नूं 6 लाख रुपया कुल बचिया सीगा। 6 लाख चो आपां 1 लाख रुपये का डीजल उन्हां नूं वंडियांदा सी कंप्यूटर करा के, 1 लाख रुपये का डीजल असी फिर फूस मंडी दे आए सी, उहदी वीडियो बगैर तौर दे उत्ते पाई हुई है जी। उहदे विच असी 99,000 का किया, पर 11,000 का 2 GB सी जी तेल दुबारे पवाया सी, ते उत्थे फूस मंडी देता सी। उस बाद साडे कोल 5 लाख रुपया बचिया सी अपने कोल, है ना, 5 लाख रुपया बचिया। 5 लाख दे विच असीं दस दईए भी सानू 70,000 मसाब वाले पिंड, 70,000 रुपया मसाब वाले पिंड सानू पिंड कराई वाला जिहड़ा मुक्तसर तो आया, वो असीं वीडियो नहीं पा सके स्टोरी पाई सी। 10,000 रुपया सुनील ने दिता फूस मंडी तो, जिहदे वाहन दे विच बन टुटिया सीगा फूस मंडी, ਜਿਹਦਾ ਅਸੀਂ ਹੈਲਪ ਕਰਕੇ ਸਾਨੂੰ 10,000 ਰੁਪਏ ਉਹ ਮਦਦ ਦੇ ਗਿਆ, ਅਤੇ 5,000 ਰੁਪਇਆ ਸਾਨੂੰ ਸ਼ਹੀਦਾਂ ਪੱਕੇ ਵਾਲੇ ਤੋਂ ਆਇਆ ਸੀ। ਕੁੱਲ ਸਾਨੂੰ 85,000 ਰੁਪਇਆ ਮਸਾਬ ਵਾਲੇ ਪਿੰਡ ਇਕੱਠਾ ਹੋਇਆ ਸੀ, ਹੋਰ ਸਾਨੂੰ ਕਿਸੇ ਭਰਾ ਨੇ ਨਹੀਂ ਦਿੱਤਾ, ਅਤੇ ਇੱਕ ਸਿੱਧਾ 10,000 ਪੰਪ 'ਤੇ ਗਿਆ ਸੀ ਬਾਈ, ਤੁਹਾਡੇ ਯਾਦ ਆ ਨਾ, ਉਹ ਇੱਕ ਹਾਈ ਕੋਰਟ ਦੇ ਵਕੀਲ ਨੇ ਪਾਇਆ ਸੀ ਸਿੱਧਮ ਸਿੱਧਾ, ਉਹ ਅਸੀਂ ਨਾਂ ਨਹੀਂ ਮੇਰੇ ਯਾਦ, ਹਾਈ ਕੋਰਟ ਦੇ ਵਕੀਲ ਨੇ ਸਿੱਧਮ ਸਿੱਧਾ ਪੰਪ 'ਤੇ ਪਾਇਆ ਸੀਗਾ, ਅਤੇ 85 ਅਤੇ ਉਹ ਸਿੱਧਾ ਤੇਲ ਵਾਲੇ ਨੂੰ ਵਗ ਗਿਆ, ਤੁਸੀਂ ਮੰਨ ਕੇ ਚੱਲੋ ਵੀ 50,000 ਦਾ ਡੀਜ਼ਲ ਆਇਆ ਸੀ ਗੰਗਾਨਗਰ, 50,000 ਡੀਜ਼ਲ ਆਇਆ ਸੀ ਗੰਗਾਨਗਰ ਤੋਂ ਸਾਨੂੰ ਸਿੱਧਾ, ਉਹ ਵੀ ਪੰਪ ਡੀਜ਼ਲ ਆਇਆ ਸੀ, ਡੀਜ਼ਲ ਆਇਆ ਸੀ ਉਹ ਪਵਾ ਕੇ ਗਏ ਸੀਗੇ, 10,000 ਤੱਕ ਸਾਨੂੰ ਸਿੱਧਾ ਡੀਜ਼ਲ ਆਇਆ ਸੀ। ਅਤੇ ਬਾਕੀ ਹੁਣ ਦੱਸੋ ਹਿਸਾਬ ਕਿਤਾਬ ਜੀ, ਜਿਹੜਾ ਇੱਕ ਆਪਣਾ ਇਹ ਪਹਿਲਾਂ JVCਾਂ ਦਾ ਕਿਰਾਇਆ ਅਤੇ ਹੋਰ ਟਰੈਕਟਰਾਂ ਦਾ ਖਰਚਾ ਹੋਇਆ ਗਾ ਉਹ ਦੱਸਦੇ ਹਾਂ। ਉਹਦੇ 'ਚੋਂ ਇੱਕ ਪੋਪਲੈਨ ਜਿਹੜੀ ਆਪਾਂ ਆਪ ਨਾਲ ਲੈ ਕੇ ਗਏ ਸੀਗੇ, ਹਾਂ ਹਾਂ, ਇੱਕ ਪੋਪਲੈਨ ਜਿਹੜੀ ਅਸੀਂ ਨਾਲ ਲੈ ਕੇ ਗਏ ਸੀ ਆਪਣੇ ਨਾਲ, ਫੂਸ ਮੰਡੀ ਵੀ ਪੋਪਲੈਨ ਚੱਲੀ ਸੀ ਅਤੇ ਉਹ ਮਸਾਲ ਵਾਲੀ ਵੀ ਚੱਲੀ ਹੈ, ਦੱਸੋ ਜੀ। ਉਹਦਾ ਕਿਰਾਇਆ 56,000 ਰੁਪਇਆ ਬਣ ਗਿਆ ਸੀ, ਦਿਨ ਰਾਤ ਉਹ ਪੋਪਲੈਨ ਚੱਲੀ ਆ, 4 ਦਿਨ ਅਤੇ 3 ਰਾਤਾਂ ਲਗਾਤਾਰ ਚੱਲੀ ਆ, ਬਾਕੀ 5ਵਾਂ ਦਿਨ ਉਹ ਵੀ ਚੱਲੀ ਆ ਨਾਲ, ਉਹਦਾ 56,000 ਰੁਪਇਆ 50,000 ਰੁਪਇਆ ਬਣ ਗਿਆ। ਕਿਉਂਕਿ ਬਾਈ ਜਿਸ ਦਿਨ ਅਸੀਂ 16 ਤਰੀਕ ਨੂੰ ਉੱਥੇ ਉੱਪੜੇ ਸੀ ਅਤੇ ਬੰਨ ਉਦੀ ਰਾਤ ਨੂੰ ਟੁੱਟ ਜਾਂਦਾ ਜੇ ਨਾ ਮਸ਼ੀਨਾਂ ਹੁੰਦੀਆਂ, ਉਹਦਾ 56,000 ਰੁਪਇਆ ਕਿਰਾਇਆ ਬਣ ਗਿਆ ਆਉਣ ਆਉਣ ਜਾਣ ਦਾ, ਵੀ ਜਿਹੜਾ ਉਹਦਾ ਖਰਚਾ ਉਹ, ਅਤੇ ਮਤਲਬ ਰੇੜੇ 'ਤੇ ਲੈ ਕੇ ਲੱਦ ਗਈ, ਵਿੱਚੀ ਉਹ ਲਾ ਕੇ ਵਿੱਚੇ ਉਹ ਲਾ ਕੇ, ਹਾਂਜੀ। ਅਤੇ 3 JVCਾਂ ਸੀ ਉੱਥੇ ਚੱਲੀਆਂ ਆਪਣੇ ਕੋਲ ਲਗਾਤਾਰ 5 ਦਿਨ, ਉਹਨਾਂ ਦਾ 15,000 ਰੁਪਇਆ 3 JVC 3 JVCਾਂ ਦਾ ਬਣ ਗਿਆ, 5 × 3 = 15 45,000 ਰੁਪਇਆ ਹੋ ਗਿਆ, 45,000 ਰੁਪਇਆ ਹੋ ਗਿਆ। ਕਿੰਨੇ ਦਿਹਾੜੀ ਚੱਲਦੀਆਂ ਸੀ ਉਹ? 3,000 ਦੀ ਦਿਹਾੜੀ ਤਾਂ ਉਹ ਚੱਲਦੀਆਂ, 5 ਦਿਹਾੜੀਆਂ 5 ਦਿਹਾੜੀ ਸਾਡੇ ਕੋਲ ਪੱਕਾ ਚੱਲੀਆਂ, 3 ਮਸ਼ੀਨਾਂ ਪੱਕਾ ਪਰਮਾਨੈਂਟ ਉੱਥੇ JVCਾਂ ਚੱਲੀਆਂ। 15,000 ਰੁਪਇਆ ਦਿੱਤਾ ਆਪਾਂ ਉੱਥੇ JVCਾਂ ਜਿੱਦਣ ਬੰਨ ਟੁੱਟਣ 'ਤੇ ਸੀਗਾ ਉਦੇ ਆਈਆਂ ਸੀ ਆਪਣੇ ਕੋਲ 5 JVCਾਂ ਰਾਤ ਨੂੰ 5 JVCਾਂ ਸਾਡੇ ਕੋਲ ਆਈਆਂ ਸੀਗੀਆਂ ਜੀ ਰੁੜਕੀ ਤੋਂ, ਖਾਲਸਾ ਸਾਈਡ ਨੇ ਸਪੈਸ਼ਲ ਫੋਨ ਕਰਕੇ ਉਹ ਬੁਲਾਈਆਂ ਸੀਗੀਆਂ, ਉਹ ਸਾਡੇ ਨਾਲ ਉੱਥੇ ਬੰਨ ਟੁੱਟਣ ਵਾਲੇ ਦਿਨ ਰਾਤ ਸਾਰੀਆਂ ਸਾਡੇ ਨਾਲ ਲਵਾ ਕੇ ਗਈਆਂ, ਅਤੇ ਉਹਨਾਂ ਨੂੰ ਅਸੀਂ ਕਿਰਾਇਆ ਦਿੱਤਾ ਜੀ 15,000 ਰੁਪਇਆ, ਉਹ ਲੈ ਕੇ ਗਏ ਨੇ ਸਾਡੇ ਕੋਲੋਂ ਲਾਸਟ ਦਿਨ ਆ ਕੇ, ਜਿਹੜੀਆਂ ਰੁੜਕੀ ਮਸ਼ੀਨਾਂ ਰੁੜਕੀ ਤੋਂ 5 ਆਈਆਂ ਸੀ। ਕਈ ਵਾਰੀ ਇਹ ਨਾ ਕਹਿ ਦੇਣਾ ਵੀ ਰੁੜਕੀ ਵਾਲੀਆਂ ਫ੍ਰੀ ਚੱਲੀਆਂ, ਉਹਦੇ ਪੈਸੇ ਦੇ ਕੇ ਆਏ ਬਾਈ ਆਪਾਂ, ਰਿਪੇਅਰ ਹੋਈ ਸੀਗੀ ਉਹਨੇ ਲਿਫਟ ਦਾ, ਲਿਫਟ ਦੇ ਵਿੱਚੋਂ ਟੀਪੇ ਦੇ ਵਿੱਚੋਂ ਜਿਹੜਾ ਸਲੀਪ ਸਿਸਟਮ ਵਿੱਚ ਹੁੰਦਾ ਉਹ ਆਰਮ ਕੀ ਕਹਿੰਦੇ ਹੁੰਦੇ ਆ ਗੁੱਲਾ ਸਿਸਟਮ, ਉਹ ਤੋੜਤਾ ਬਾਈ ਜੀ, ਉਹਦਾ ਸਟੈਂਡਰਡ ਟਰੈਕਟਰ ਦਾ ਕੰਮ ਕਰਾ ਕੇ ਦਿੱਤਾ 6,600 ਰੁਪਏ ਦਾ। ਇੱਕ ਪੋਪਲੈਨ ਉਹਨਾਂ ਕੋਲ ਪਿੰਡ ਵਾਲਿਆਂ ਨੇ ਪਹਿਲਾਂ ਚਲਾਈ ਹੋਈ ਸੀਗੀ, ਇੱਕ ਪੋਪਲੈਨ ਪਿੰਡ ਦੇ ਕੋਲ ਪਹਿਲਾਂ ਚੱਲਦੀ ਸੀਗੀ ਉੱਥੇ ਜੀ, ਪਿੰਡ ਮਸਾਬ ਵਾਲੀ ਦੀ ਪੋਪਲੈਨ ਸੀਗੀ ਉਹ, ਤੇ ਉਹਦਾ ਆਪਾਂ 27,000 ਰੁਪਏ ਕਿਰਾਇਆ ਆਪਾਂ ਦਿੱਤਾ ਗਾ, 7 × 4 =
6000 ਤੇ ਫਿਰ ਨਹੀਂ 7000 ਦੀ ਕਿੰਨਾ ਉਹਦਾ ਮਤਲਬ 27000 ਰੁਪਏ ਉਹਦਾ ਦਿੱਤਾ ਬਾਈ ਜੀ ਅਸੀਂ ਪਤਾ ਕਰ ਸਕਦੇ ਹਾਂ ਜਿਹੜਾ ਉੱਥੇ ਪਹਿਲਾਂ ਚੱਲੀ ਆ ਉਹ ਪਿੰਡ ਦੇ ਨੇ ਆਪ ਦਿੱਤਾ ਕਰਾਇਆ ਹਾਂ ਜਿੰਨੇ ਦਿਨ ਅਸੀਂ ਨਾਲ ਰਹੇ ਹਾਂ ਜਿੰਨੇ ਦਿਨ ਅਸੀਂ ਰਹੇ ਹਾਂ ਉਹਦਾ ਆਪਾਂ ਤੋਂ 27000 ਦਿੱਤਾ 27000 ਲੈਤਾ ਸਾਥੋਂ ਉਹਨਾਂ ਨੇ ਜੀ ਫਿਰ ਇੱਕ ਫੋਰਡ ਰਾਈਡਰ ਦੀ ਕਲੱਚ ਪਲੇਟ ਸੀ ਫਾਰਮ 60 ਦੀ ਕਲੱਚ ਪਲੇਟ ਸੀਗੀ ਜੀ ਫੋਰਡ ਨਹੀਂ ਫਾਰਮ 60 ਕਹੋ ਤੇ ਉਹਦਾ ਆਪਾਂ ਨੂੰ 6000 ਰੁਪਇਆ ਉਹਦਾ ਹੋਰ ਵੀ ਸੀਗਾ ਕੰਮ ਨਾਲ ਕਲੱਚ ਪਲੇਟ ਦੇ ਨਾਲ ਉਹ 6000 ਰੁਪਇਆ ਖਰਚ ਹੋਇਆ ਸੀਗਾ ਉਹਦੇ ਤੇ ਇੱਕ ਅਰਜੈਂਟ ਰਾਈਟਰ ਦਾ ਸੀਗਾ ਉਹਦੇ ਅਲਟੀਨੇਟਰ ਦਾ ਕੰਮ ਤੇ ਅਲਾਈਨਮੈਂਟ ਦਾ ਕੰਮ ਸੀਗਾ ਉਹ 500 ਰੁਪਇਆ ਲੱਗੇ ਤੇ ਇੱਕ ਸਪੇਅਰ ਪਾਰਟ ਆਇਆ ਸੀ ਆਪਣਾ ਇਹਦੇ ਨਾਲ ਟਰੈਕਟਰਾਂ ਦਾ 1750 ਦਾ 1750 ਦਾ ਸਪੇਅਰ ਪਾਰਟ ਜਿੰਨੇ ਵੀ ਟਰੈਕਟਰ ਸੀ ਉੱਥੇ ਕਿਸੇ ਦਾ ਜੀ ਗਿੱਲਾ ਟੁੱਟ ਗਿਆ ਕਿਸੇ ਦੀ ਪੈਨ ਟੁੱਟ ਗਈ ਕਿਸੇ ਦਾ ਕੁਛ ਹੋ ਗਿਆ 1750 ਰੁਪਏ ਦਾ ਉਹ ਹੈ ਜੀ ਇੱਕ ਸੀ ਐਲ ਆਇਆ ਸੀ 15 ਲੀਟਰ 4200 4200 ਰੁਪਏ ਦਾ ਸੀ ਐਲ ਆਇਆ 15 ਲੀਟਰ ਕਿਉਂਕਿ ਪਾਈਪ ਪੂਪ ਪਾਰਟ ਤੇ ਡੁੱਲ ਜਾਂਦੇ ਕਿਸੇ ਭਰਾ ਤੋਂ 15 ਲੀਟਰ ਉੱਥੇ ਉਹ ਆਇਆ ਜੀ ਇੱਕ ਟਿੱਬੀ ਪਿੰਡ ਦੇ ਆਂਦਾ ਸੀ ਉਹਨਾਂ ਦਾ ਟਰਾਲੇ ਦਾ ਨੁਕਸਾਨ ਹੋ ਗਿਆ ਸੀਗਾ ਉਹਨਾਂ ਨੂੰ ਆਪਾਂ 4000 ਉਹ ਲਾਈਵ ਦੇ ਵਿੱਚ ਵੀ ਵਿਲੇ ਦੇਖਿਆ ਗਿਆ ਹਾਂ 4000 ਰੁਪਏ ਉਹ ਲਾਈਵ ਦੇ ਵਿੱਚ ਵੀ ਦਿਖਾਇਆ ਵੀ ਟਰਾਲਾ ਡਿੰਗਾ ਹੋ ਗਿਆ ਸੀ ਗਾਡਰ ਪਾਟ ਗਿਆ ਸੀ ਲੇਬਰ ਦਾ ਆਪਾਂ ਦਿੱਤਾ ਗਾ 4000 8000 ਰੁਪਏ ਬੰਦ ਸੀ ਉਹ ਕਹਿੰਦੇ ਸਾਨੂੰ 4 ਦੇ ਦਿਓ ਅਸੀਂ 4000 ਰੁਪਏ ਉਹਨਾਂ ਨੂੰ ਦਿੱਤਾ ਬਾਈ ਜੀ ਤੇ ਇੱਕ ਆਪਾਂ ਲਿਆਂਦੀਆਂ ਸੀ 10 ਪਾਈਪਾਂ ਟਰਾਲੀਆਂ ਦੇ ਲਿਫਟ ਵਾਲੀਆਂ ਪਾਈਪਾਂ ਹਾਈਡਰੋਲ ਪਾਈਪ 280 ਰੁਪਏ ਨੇ ਆ 2280 ਦੀ ਹੋ 2280 ਦੀਆਂ ਹੋ 280 ਦੀ ਇੱਕ ਪਾਈਪ ਆ ਜੀ ਉਹ ਫਿਰ ਇੱਕ ਆਪਾਂ ਪਹਿਲੇ ਦਿਨ ਨਾਲ ਲੈ ਕੇ ਗਏ ਸੀ ਠੰਡਿਆਂ ਦੀਆਂ ਪੇਟੀਆਂ ਤੇ ਪਾਣੀ ਦੀਆਂ ਪੇਟੀਆਂ ਉਹ ਆਪਣੀਆਂ ਕੋਲ 9000 ਦੀਆਂ ਆਈਆਂ ਸੀਗੀਆਂ ਹਾਂ ਠੰਡੇ ਹੋ ਗਏ ਤੇ ਪਾਣੀ ਹੋ ਗਿਆ ਦੀਆਂ ਪੇਟੀਆਂ ਪਾਣੀ ਸਾਡੇ ਕੋਲ ਪਹਿਲੇ ਦਿਨ ਨਹੀਂ ਪ੍ਰਬੰਧ ਸੀਗਾ ਦੂਜੇ ਦਿਨ ਹੋ ਗਿਆ ਸੀਗਾ ਜੀ ਇੱਕ ਫਿਰ ਆਪਾਂ ਕਾਗਜ਼ ਲਿਆਂਦਾ ਸੀਗਾ ਆਪਣੀ ਤੰਬੂ ਵਾਲੀ ਟਰਾਲੀ ਤੇ ਪਾਉਣ ਨੂੰ ਜਿੱਦਣ ਮੀਂਹ ਆਇਆ ਸੀ ਜਿੱਦਣ ਮੀਂਹ ਆਇਆ ਜੀ 500 ਰੁਪਏ ਦਾ 500 ਰੁਪਏ ਦਾ ਉਹ ਆਇਆ ਸੀ ਫਿਰ ਉੱਥੇ ਜਿੰਨਾ ਸਾਰਾ ਟੈਂਟ ਕੂਲਰ ਗੱਦੇ ਸਾਰੇ ਕਾਸੇ ਦਾ ਕਿਰਾਇਆ ਦਿੱਤਾ ਆਪਾਂ 30000 ਰੁਪਇਆ 30000 ਰੁਪਇਆ ਦਿੱਤਾ ਜੀ ਗੱਦਿਆਂ ਦਾ ਕੂਲਰਾਂ ਦਾ ਸਾਰੇ ਕਾਸੇ ਦਾ ਕਿਰਾਇਆ ਦੇ ਕੇ ਆਏ ਜੀ ਇਹ ਸਪੈਸ਼ਲ ਤੌਰ ਦੇ ਉੱਤੇ ਪੁੱਛ ਸਕਦੇ ਹੋ ਵੀ ਪਿੰਡ ਵਾਲਿਆਂ ਦੇ ਮਸਾਹ ਵਾਲਿਆਂ ਤੋਂ ਪੁੱਛ ਸਕਦੇ ਹੋ ਵੀ ਇਹ ਟੈਂਟ ਦਾ ਕੂਲਰਾਂ ਦਾ ਖਰਚਾ ਦੇ ਕੇ ਗਏ ਕਿ ਨਹੀਂ ਦੇ ਕੇ ਗਏ ਬਾਈ ਜੀ ਉਹ ਤੁਸੀਂ ਪਤਾ ਕਰ ਸਕਦੇ ਹੋ ਪਿੰਡ ਤੁਹਾਨੂੰ ਨੰਬਰ ਦੇ ਦਾਂਗੇ ਪਿੰਡ ਤੋਂ ਪਤਾ ਕਰ ਸਕਦੇ ਹੋ ਜਿਹੜਾ ਟੈਂਟ ਕੂਲਰ ਵਗੈਰਾ ਸੀਗਾ ਜਿਹੜਾ ਉਹ ਖਾਲਸਾ ਸਾਈਡ ਨੇ ਸਾਨੂੰ ਮੰਗਵਾ ਕੇ ਦਿੱਤਾ ਸੀ 68 ਪੈਸੇ ਸੀ ਉਹਦੇ ਟੈਂਟ ਵਾਲਿਆਂ ਨੂੰ ਸਿੱਧੇ ਦਿੱਤੇ ਆ ਖਾਲਸਾ ਸਾਈਡ ਨੇ ਸਾਨੂੰ ਮੰਗਵਾ ਕੇ ਦਿੱਤਾ ਸੀ ਖਾਲਸਾ ਸਾਈਡ ਨੇ ਸਾਡੀ ਬਹੁਤ ਮਦਦ ਕਰੀ ਆ ਰਾਸ਼ਨ ਕੰਨਿਓ ਵੀ ਲੰਗਰ ਕੰਨਿਓ ਵੀ ਸਾਨੂੰ ਪਾਣੀ ਤਾਣੀ ਕੰਨਿਓ ਵੀ ਤੇ ਜਿਹੜਾ ਟੈਂਟ ਸੀ ਉਹ ਅਸੀਂ ਕਹਿਤਾ ਸੀ ਵੀ ਅਸੀਂ ਆਪਦੇ ਕੋਲ ਰੁਪਈਏ ਦੇ ਕੇ ਜਾਵਾਂਗੇ ਵੀ ਇਹਨਾਂ ਸਾਡਾ ਹੱਕ ਬਣਦਾ ਹੈਗਾ ਅਸੀਂ ਆਪ ਦੇਵਾਂਗੇ ਉਹ ਅਸੀਂ ਖਾਲਸਾ ਸਾਈਡ ਨੇ ਉੱਥੇ ਸਾਨੂੰ ਮੁਹੱਈਆ ਕਰਾਤਾ ਸੀ ਲਵਾਤਾ ਜੀ ਪਰ ਅਸੀਂ ਉਹਨਾਂ ਨੂੰ ਪੈਸੇ ਨਹੀਂ ਦੇਣ ਦਿੱਤੇ ਖਾਲਸਾ ਸਾਈਡ ਨੂੰ ਅਸੀਂ ਆਪ ਦੇ ਕੇ ਆਏ ਵੀ ਅਸੀਂ ਰਹੇ ਹਾਂ ਅਸੀਂ ਆਪ ਦੇ ਕੇ ਆਏ ਹਾਂ ਖਾਲਸਾ ਸਾਈਡ ਨੇ ਲਵਾਇਆ ਖਾਲਸਾ ਸਾਈਡ ਨੇ ਸੀ ਪਰ ਅਸੀਂ ਖਾਲਸਾ ਸਾਈਡ ਨੂੰ 30000 ਰੁਪਏ ਦੇ ਦਿਓ ਵੀ ਤੁਸੀਂ ਗਾਹਾਂ ਇਹਨਾਂ ਨੂੰ ਦੇ ਦਿਓ ਇੰਨੀ ਕੁ ਤਾਂ ਸਾਡੀ ਵੀ ਉਹ ਬਣਦੀ ਸੀਗੀ ਵੀ ਜਦੋਂ ਸਾਡੇ ਖਾਣ ਪੀਣ ਤੋਂ ਲਾ ਕੇ ਸਾਡਾ ਸਾਰਾ ਪ੍ਰਬੰਧ ਕਰਿਆ ਡੀਜ਼ਲ ਤੱਕ ਦਾ ਪ੍ਰਬੰਧ ਕਰਿਆ ਇੱਕ ਅਸੀਂ ਲਿਆਂਦੇ ਸੀ 8 ਪੀਸ ਕਾਲੀਆਂ ਐਨ ਕਦੇ ਆ ਆਈ ਫਲੂ ਤੋਂ ਆਈ ਫਲੂ ਤਾਂ ਜੀ 1000 ਰੁਪਏ ਦੀ ਆਈ ਸੀ ਸੇਵਾਦਾਰਾਂ ਨੂੰ ਤਿੰਨ ਟਰੈਕਟਰਾਂ ਨੂੰ ਕਿਉਂਕਿ ਬਹੁਤ ਦੀਆਂ ਅੱਖਾਂ ਖਰਾਬ ਸੀਗੀਆਂ ਆਈ ਫਲੂ ਆ ਹੋਇਆ ਪਿਆ ਸੀਗਾ ਉਹਦੇ ਚੱਕਰ ਕੇ ਉਹ ਗਰਮੀ ਧਰਮੀ ਹੋ ਜਾਂਦੀ ਹੈ ਇਹ ਦਿਖਾ ਦੀ 2,19,000 ਰੁਪਏ ਆਪਣਾ ਇਹ ਸਾਰਾ ਖਰਚ ਹੋਇਆਗਾ 2,19,000 ਰੁਪਏ ਸਾਰਾ ਖਰਚਾ ਹੋ ਗਿਆ ਜੀ ਜਿਹੜਾ ਕਿਰਾਏ ਦਿੱਤੇ ਆ ਤੇ ਆਪਣੀਆਂ ਸਪੇਅਰ ਦੀਆਂ ਤੇ ਸਮਾਨ ਲਿਆਂਦਾ ਸਮਾਨ ਲਿਆਂਦਾ ਹੁਣ ਇੱਧਰ ਦੂਜਾ ਖਰਚਾ ਜੋੜਦੇ ਆ ਜੋ ਜੀ ਫਿਰ ਆਪਾਂ ਵੀ ਜਿਹੜਾ ਆਪਾਂ ਡੀਜ਼ਲ ਲੈ ਕੇ ਆਏ ਹਾਂ ਡੀਜ਼ਲ ਲੈ ਕੇ ਆਏ ਜਿਹੜਾ ਅਸੀਂ ਆਪਦੇ ਕੋਲੋਂ ਡੀਜ਼ਲ ਲੈ ਕੇ ਆਏ ਜੀ ਮਸਾਹ ਵਾਲੇ ਪਿੰਡ ਸਾਨੂੰ ਵੀ ਦੱਸਾਂ ਜੀ 9000 ਲੀਟਰ ਤੇਲ ਮੱਚ ਗਿਆ ਉਹ ਵੀ ਦੱਸ ਦੀ ਉਹਨਾਂ ਨੂੰ 90000 ਦਾ ਡੀਜ਼ਲ ਇੱਕ ਦਿਨ ਆਇਆ ਸੀਗਾ 19 ਤਰੀਕ ਨੂੰ 19 ਤਰੀਕ ਨੂੰ ਪਰਚੀ ਦੀ ਪਰਚੀ ਚਲੋ ਫਿਰ ਗਾਹਾਂ ਜੀ ਇੱਕ 20000 ਦਾ ਡੀਜ਼ਲ ਜਾਂਦੇ ਹੋਏ ਪੋਪਲੈਂਡ ਚ ਪੂਰਾ ਕਰਕੇ ਦਿੱਤਾ ਗਾ ਜਾਂਦੇ ਟੈਂਕੀ ਫੁੱਲ ਲੈ ਕੇ ਆਏ ਸੀ ਆਪਦੀ ਟੈਂਕੀ ਫੁੱਲ ਕਰਕੇ ਦਿੱਤੀ ਹੈ 20000 ਦਾ ਡੀਜ਼ਲ ਆ ਸੀਗਾ ਪਰਚੀ ਜੀ ਉਹ ਜਾਂਦਿਆਂ ਨੂੰ ਪੰਪ ਤੋਂ ਜਾਂਦਿਆਂ ਨੂੰ ਪੰਪ ਤੋਂ ਪੱਕੀਆਂ ਪਰਚੀਆਂ ਇੱਧਰ ਹੈਗੀਆਂ ਜੀ ਹਾਂ ਹੋਰ ਤੇ ਇੱਕ 8700 ਤੇ 92 ਰੁਪਈਆਂ ਦਾ ਆਪਾਂ ਟਰੈਕਟਰਾਂ ਚ ਤੇਲ ਪੂਰਾ ਕੀਤਾ ਸੀਗਾ ਇਹ 21 ਤਰੀਕ ਦੀ ਹੈ ਨਾ ਹਾਂ ਇਹ ਜਾਂਦੇ ਹੋਏ ਜਿੱਦਣ ਕੰਮ ਮੁੱਕਿਆ ਗਾ ਉਦੋਂ ਕਿਸੇ ਟਰੈਕਟਰ ਚ 10 ਲੀਟਰ ਘੱਟ ਸੀ ਕਿਸੇ ਚ 85 ਕਿੰਨੇ ਦਾ ਇਹ 8792 ਰੁਪਈਆਂ ਦਾ ਜੀ ਆਹ ਡੀਜ਼ਲ ਆ ਜੀ ਜਿਹੜਾ ਆਪਾਂ ਵੀ ਟਰੈਕਟਰ ਜਿਹੜੇ ਪਿੰਡ ਆਏ ਸੀ ਉਹਨਾਂ ਦਾ ਪੂਰਾ ਕਰਕੇ ਤਾ ਸਰਦੂਲਗੜ੍ਹ ਪੰਪ ਦੇ ਉੱਤੋਂ ਜੀ ਅਤੇ ਹੋਰ ਕੀ ਜੀ ਇੱਕ 7668 ਰੁਪਈਆਂ ਦਾ ਇਹ ਇੱਕ JVC 'ਚ ਪੂਰਾ ਕੀਤਾ ਬਾਈ ਪੰਪ ਤੋਂ ਇਹ ਦੋ ਪਰਚੀਆਂ ਨੇ ਇਹਦੇ ਦੋ ਪਰਚੀਆਂ ਨੇ ਇਹਦੀਆਂ 3300 ਦੀ ਇੱਕ ਪਰਚੀ ਆ ਜੀ ਅਤੇ 4368 ਰੁਪਈਆਂ ਦੀ ਇੱਕ ਪਰਚੀ ਆ ਜੀ 3300 ਦੀ ਪਰਚੀ ਆ ਗਈ ਅਤੇ ਆ ਗਈ ਬਾਈ ਜੀ ਥੱਲੇ ਇਹ 1 JVC ਸੀ ਦੋ ਪਰਚੀਆਂ ਖੱਟਤੀਆਂ ਵੀ ਹਿਸਾਬ ਕਿਤਾਬ ਨਹੀਂ ਹੈ ਅਤੇ ਇਹ ਕਰਕੇ ਦਿੱਤਾ ਕਿੰਨੇ ਦਾ ਡੀਜ਼ਲ ਹੋ ਗਿਆ ਸਰ
ਇਹ ਸਾਰਾ ਕੁੱਲ ਡੀਜ਼ਲ ਆਪਾਂ ਆਪਦੇ ਵੱਲੋਂ ਲਿਆਂਦਾ 1,26,460 ਰੁਪਈਏ। 1,26,460 ਰੁਪਈਏ ਦਾ ਡੀਜ਼ਲ ਅਸੀਂ ਮਸਾਬ ਵਾਲੇ ਪਿੰਡ ਲੈ ਕੇ ਗਏ ਹਾਂ। ਉਹ 1,00,000 ਰੁਪਈਏ ਦਾ ਡੀਜ਼ਲ ਅਸੀਂ ਫੂਸ ਮੰਡੀ ਵੱਲੋਂ ਅੱਡ ਕੱਢ ਕੇ ਦੱਸ ਰਹੇ ਉਹ ਅੱਡ ਰਹਿ ਗਏ ਆ। 1,26,000 ਦਾ ਡੀਜ਼ਲ ਸਾਡੇ ਉੱਪਰ ਲਿਓ ਆਪਦੇ ਉਹ ਮੱਚਿਆ ਜੀ ਪਿੰਡ ਮਸਾਬ ਵਾਲੇ ਜੀ ਗਾਹਾਂ ਦੱਸੋ ਜੀ। ਅਤੇ ਕੁੱਲ ਆਪਣਾ ਇਹ ਸਾਰਾ ਖਰਚ ਹੋ ਗਿਆ ਸੀਗਾ 5,85,000 ਰੁਪਈਆ ਆਪਣੇ ਕੋਲ ਉੱਥੇ ਇਕੱਠਾ ਹੋਇਆ। ਸਾਡੇ ਕੋਲ 6,00,000 ਰੁਪਈਆ ਬਚਿਆ ਸੀਗਾ ਜੀ। 6,00,000 ਦੇ ਵਿੱਚ ਉਹ 1,00,000 ਦਾ ਡੀਜ਼ਲ ਸਿੱਧਾ ਦੇ ਕੇ ਉੱਥੇ ਆਪਣੇ ਫੂਸ ਮੰਡੀ ਅਤੇ 5,00,000 ਰੁਪਈਆ ਬਚ ਰਿਹਾ ਸੀ। 5,00,000 ਦੇ ਵਿੱਚੋਂ 85,000 ਸਾਨੂੰ ਨਕਦ ਫੇਰ ਮਿਲ ਗਿਆ ਸੀਗਾ ਜੋ ਭਰਾ ਦਾਨੀ ਸੱਜਣ ਆਏ ਸੀ ਉੱਥੇ ਪਿੰਡ ਕਰਾਈ ਵਾਲੇ ਤੋਂ, ਸ਼ਸ਼ੀਰ ਫੂਸ ਮੰਡੀ ਤੋਂ ਅਤੇ ਪੱਕਾ ਸ਼ਹੀਦਾਂ ਤੋਂ, ਅਤੇ 85,000 ਹੋ ਗਏ ਜੀ। 5,85,000 5,00,000 ਦੇ ਵਿੱਚ ਬਲੋ 5,85,000 ਹੋ ਗਿਆ ਸੀਗਾ ਜੀ। ਅਤੇ 2,19,000 ਰੁਪਈਆ ਆਪਣਾ ਖਰਚ ਹੋ ਗਿਆ ਸੀ ਜਿਹੜਾ ਕਿਰਾਏ ਜੇ ਬੀ ਸੀ ਦਾ ਕਿਰਾਇਆ ਜੀ, ਟਰੈਕਟਰਾਂ ਦੀ ਰਿਪੇਅਰ ਜੀ, ਪਾਣੀ ਧਾਣੀ ਖਾਣ ਪੀਣ ਦੇ ਵਿੱਚ ਕੁਛ ਨਾ ਸਮਾਨ, ਅਤੇ ਟੈਂਟ ਕੂਲਰਾਂ ਦਾ ਹੋ ਗਿਆ ਸੀਗਾ ਜੀ। ਅਤੇ 1,26,400 ਦਾ ਆਪਣਾ ਡੀਜ਼ਲ ਆ ਗਿਆ ਸੀ। 1,26,400 ਦਾ ਆਪਣਾ ਡੀਜ਼ਲ 460 ਰੁਪਏ ਡੀਜ਼ਲ। ਜੋੜੀ ਕਿੰਨੇ ਰੁਪਏ ਹੋ ਗਏ ਬਾਈ ਇਹ ਮਾੜਾ ਜਿਹਾ ਮਾਈ ਕੈਲਕੂਲੇਟਰ ਸਾਰਾ ਬਾਈ ਜੀ? ਮਾਮਾ ਤੀਆਂ ਦਾ ਲੇਖਾ ਜੀ, ਲੇਖਾ ਜਿਹੜੇ ਵੀ ਭਰਾ ਆਪਾਂ ਤਾਂ ਕਹਿੰਦੇ ਵੀ ਕਿਸੇ ਨੇ ਵੀ ਹਿਸਾਬ ਕਿਤਾਬ ਕਰਿਆ ਤਾਂ ਬਾਈ ਜੀ ਦੱਸਣ ਦਾ ਹੱਕ ਆ। ਇਹ ਆਪਾਂ ਤਾਂ ਇੱਕੋ ਹੀ ਗੱਲ ਕਹਿੰਦੇ ਵੀ ਲੋਕਾਂ ਦੇ ਖੂਨ ਪਸੀਨਾ ਹੈਗਾ ਇਹ ਰਾਧ ਬਣ ਕੇ ਨਿਕਲਦਾ ਹੁੰਦਾ ਜੇ ਕੋਈ ਖਾਊਗਾ ਤਾਂ। ਤਿੰਨ ਲੱਖ ਪੰਤਾਲੀ ਹਜ਼ਾਰ 460 ਰੁਪਈਏ ਹੋ ਗਏ ਜੀ ਜਿਹੜੇ ਚਲਤ ਹੋ ਗਏ ਜੀ। ਇਹ ਅਤੇ ਹੁਣ ਇਹਨਾਂ 'ਚੋਂ ਕੱਢ ਵੀ 5,85,000 ਚੋਂ ਕੱਢ। ਦੋ ਲੱਖ ਉਨਤਾਲੀ ਹਜ਼ਾਰ ਪੰਜ ਸੌ ਚਾਲੀ ਰੁਪਈਏ ਬਾਕੀ ਰਹਿ ਗਏ ਜੀ। ਉਹ 2,49,540 ਰੁਪਈਏ ਸਾਡੇ ਕੋਲ ਆ ਜੀ ਤਿੰਨਾਂ ਕੋਲ। ਉਹਦੇ 'ਚੋਂ ਹੁਣ ਆਪਾਂ ਗਾਹਾਂ ਕੁਛ ਬਣਾਵਾਂਗੇ, ਕੁਛ ਨਾ ਕੁਛ ਆਪਾਂ ਲੈ ਕੇ ਜਾਵਾਂਗੇ ਇੱਧਰ ਰਾਸ਼ਨ ਜਾਂ ਪਾਣੀ ਦੀ ਜਿਹੜੀ ਮੇਨ ਸਮੱਸਿਆ, ਜਿਵੇਂ ਹਰੀਕੇ ਕੰਨੀ ਪਾਣੀ ਆਇਆ ਹੈਗਾ, ਫਿਰੋਜ਼ਪੁਰ ਕੰਨੀ ਪਾਣੀ ਆਇਆ, ਹੜ੍ਹ ਪੀੜ ਤਾਂ ਉੱਧਰ ਕੁਛ ਨਾ ਕੁਛ ਸਮਾਨ ਲੈ ਕੇ ਜਾਵਾਂਗੇ ਜੀ। ਅਤੇ ਬਾਕੀ ਜੋ ਰਕਮ ਬਚੂਗੀ ਅਤੇ ਜਿੱਥੇ ਵਾਹਣ ਪੱਧਰ ਕਰਨ ਵਾਲੇ ਹੋਣਗੇ ਭਾਵੇਂ ਅਸੀਂ ਆਪ ਚੱਲ ਕੇ ਜਾਈਏ ਉੱਥੇ ਕੰਮ ਤੋਰੀਏ ਜਾਂ ਕੋਈ ਹੋਰ ਤੋਰੂ ਭਰਾ ਅਤੇ ਉਹਨੂੰ ਸੰਯੋਗ ਦੇ ਕੇ ਆਵਾਂਗੇ। ਉਹ ਅਸੀਂ ਸਾਰਾ ਵੀਡੀਓ ਪਾਉਂਦੇ ਰਹਾਂਗੇ ਬਾਈ ਜੀ। ਹਿਸਾਬ ਇੱਦਾਂ ਹੀ ਮਿਲੂ ਬਾਈ ਤੁਹਾਨੂੰ, ਰੁਪਈਏ ਰੁਪਈਏ ਦਾ ਹਿਸਾਬ ਮਿਲੂ, ਠੀਕ ਹੈ ਜੀ। ਅਤੇ ਬਾਈ ਜੀ ਸਾਡਾ ਤੁਸੀਂ ਬਹੁਤ ਮਾਣ ਵਧਾਇਆ, ਸਾਡੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ, ਬਹੁਤ ਬਹੁਤ ਧੰਨਵਾਦ। ਅਤੇ ਬਾਈ ਜੀ ਹਿਸਾਬ ਤੁਹਾਡੇ ਮੂਹਰੇ ਆ ਜੀ, ਕੋਈ ਵੀਡੀਓ ਦੀ ਘੱਟ ਵੱਧ ਨਹੀਂ, ਇੱਦਾਂ ਹੀ ਪਊਗੀ ਜੀ। ਧੰਨਵਾਦ। ਸਾਰੀਆਂ ਸਵੇਰ ਸਪੂਟਰ ਪਾਟ ਵਾਲੀਆਂ ਬਾਈ ਜੀ ਪਰਚੀਆਂ ਕੋਲ ਆ ਜੀ, ਹੁਣ ਐਡੇ ਕੰਮ ਦੇ ਵਿੱਚ ਸਾਰਾ ਕੁਛ ਸਾਡੇ ਕੋਲ ਆ ਜੀ, ਇਕੱਲੀ ਇਕੱਲੀ ਚੀਜ਼ ਦਾ ਲਿਖਿਆ ਹੋਇਆ ਜੀ, ਠੀਕ ਆ। ਆਪ ਜਾਂ ਪਰਚੀਆਂ ਜੋੜਿਆ ਹੋਇਆ ਸਾਰਾ ਕੁਛ, ਇਕੱਲਾ ਇਕੱਲਾ ਲਿਖਿਆ ਹੋਇਆ ਬਾਈ ਜੀ, ਕਿਉਂਕਿ ਹੁਣ ਪਤਾ ਨਹੀਂ ਲੱਗਦਾ ਬਾਈ ਕਿਸੇ ਪਾਸੇ। ਹਾਂ ਆਹ ਦੁਕਾਨਦਾਰ ਤੋਂ ਪਰਚੀਆਂ ਆਈਆਂ ਬਾਈ, ਅਸੀਂ ਨੰਬਰ ਵੀ ਦੇ ਦਾਂਗੇ ਕਿਸੇ ਭਰਾ ਨੂੰ, ਕਮੈਂਟ ਚਾਹੀਦਾ ਹੋਇਆ ਦੁਕਾਨਦਾਰ ਦੇ ਅਤੇ ਕਨੈਕਟ ਕਰ ਸਕਦੇ ਹਾਂ, ਕੋਈ ਚੱਕਰ ਨਹੀਂ ਬਾਈ ਜੀ। ਅਤੇ ਆਹ ਸਾਰੀਆਂ ਪਰਚੀਆਂ ਹੈਗੀਆਂ ਬਾਈ ਜੀ, ਹੁਣ ਅਸੀਂ ਤਾਂ ਮੋਟਾ ਮੋਟਾ ਹਿਸਾਬ ਦੱਸਤਾ, ਕਿਉਂਕਿ ਹਿਸਾਬ ਦੇਣਾ ਸਾਡਾ ਫਰਜ਼ ਆ ਬਾਈ ਜੀ, ਹਿਸਾਬ ਦੇਵਾਂਗੇ। ਅਤੇ 85,000 ਰੁਪਈਏ ਸਾਨੂੰ ਮਸਾਬ ਵਾਲੇ ਇਕੱਠਾ ਹੋਇਆ ਸੀ, ਕਰਾਈ ਵਾਲਾ ਪਿੰਡ ਪੱਕਾ ਚੀਦਾਂ ਅਤੇ ਸੁਨੀਲ ਫੂਸ ਮੰਡੀ ਤੋਂ, ਠੀਕ ਹੈ ਬਾਈ ਜੀ। ਧੰਨਵਾਦ।